ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਕੋਈ ਵੀ ਲੋਕਤੰਤਰ ਹੋਵੇ ਕਿਸੇ ਮੁਲਕ ਦੀ ਕੋਈ ਡੈਮੋਕ੍ਰੇਸੀ ਹੋਵੇ ਉਹਦੇ ਵਿੱਚ ਇੱਕ ਗੱਲ ਜ਼ਰੂਰ ਆ ਕਿ ਆਪਸੀ ਸਿਆਸੀ ਮਤਭੇਦ ਜਿੰਨੇ ਮਰਜ਼ੀ ਹੋਣ ਚਾਹੇ ਸੱਤਾਧਾਰੀ ਪਾਰਟੀਆਂ ਜਾਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਉਹਨਾਂ ਦੇ ਆਪਸ ਦੇ ਵਿੱਚ ਕਨਫਰੋਂਟੇਸ਼ਨ ਹੋ ਸਕਦੀ ਆ ਜਿਸ ਤਰ੍ਹਾਂ ਮੈਂ ਦੱਸਿਆ ਕਈ ਤਰ੍ਹਾਂ ਦੇ ਵਿਰੋਧ ਹੋ ਸਕਦੇ ਨੇ ਕਈ ਮੁੱਦਿਆਂ ਤੇ ਇੱਕ ਦੂਸਰੇ ਦੇ ਮਤਭੇਦ ਹੋ ਸਕਦੇ ਆ ਪਰ ਆਖਰਕਾਰ ਦੋਨਾਂ ਧਿਰਾਂ ਨੂੰ ਕੋਈ ਨਾ ਕੋਈ ਕਾਮਨ ਗਰਾਉਂਡ ਲੈ ਕੇ ਕਿਤੇ ਨਾ ਕਿਤੇ ਕੋਈ ਸਰਬਸੰਮਤੀ ਨਾਲ ਕਈ ਫੈਸਲੇ ਲੈਣੇ ਹੁੰਦੇ ਆ ਔਰ ਖਾਸ ਤੌਰ ਤੇ ਜਦੋਂ ਕੋਈ ਪਾਰਲੀਮੈਂਟ ਚ ਲਾਉਣੀ ਹੁੰਦੀ ਆ ਆਪਸ ਦੇ ਵਿੱਚ ਦੇਸ਼ਿਤ ਦੇ ਵਿੱਚ ਕਈ ਫੈਸਲੇ ਲੈਣੇ ਹੁੰਦੇ ਆ ਤੇ ਸੱਤਾਧਾਰੀ ਪਾਰਟੀਆਂ ਅਕਸਰ ਸਹਿਯੋਗ ਮੰਗਦੀਆਂ ਵਿਰੋਧੀ ਪਾਰਟੀਆਂ ਦਾ ਪਰ ਮੈਨੂੰ ਲੱਗਦਾ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋ ਇਸ ਤਰ੍ਹਾਂ ਦੀ ਕੋਈ ਕਲਾ ਆਉਂਦੀ ਨਹੀਂ ਤੇ ਨਾ ਹੀ ਉਹਨਾਂ ਨੇ ਕਦੇ ਸਿੱਖਣ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਲੱਗਦਾ ਉਹਨਾਂ ਨੂੰ ਇਹ ਵੀ ਲੱਗਦਾ ਕਿ ਉਹਨਾਂ ਨੂੰ ਲੋੜ ਵੀ ਨਹੀਂ ਆ ਅੱਜ ਦੇ ਤਰੀਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਮਜ਼ੋਰ ਜ਼ਰੂਰ ਹੋਈ ਆ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਆਪਣੇ ਸਿਰ ਤੇ ਇਹ ਬਹੁਮਤ ਵੀ ਨਹੀਂ ਲੈ ਸਕੇ ਜਿਹੜੇ ਗੱਲਾਂ ਕਰਦੇ ਸੀ 350 350 ਸੀਟਾਂ ਦੀਆਂ ਜਾਂ 400 ਸੀਟਾਂ ਦੀਆਂ ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਰੱਸੀ ਜਲ ਗਈ ਹੁੰਦੀ ਆ ਬੰਦ ਨਹੀਂ ਗਿਆ ਉਸੇ ਤਰ੍ਹਾਂ ਦਾ ਕਮੰਡ ਕਾਇਮ ਆ ਲੱਗਦਾ ਤੇ ਇਹ ਸੀ ਕਿ ਇਸ ਵਾਰੀ ਕਿਉਂਕਿ ਐਨਡੀਏ ਦੀ ਸਰਕਾਰ ਬਣੀ ਆ ਨੈਸ਼ਨਲ ਡੈਮੋਕ੍ਰੈਟਿਕ ਅਲਾਈਐਂਸ ਦੀ ਸਰਕਾਰ ਬਣੀ ਆ ਕਈ ਇਸ ਤਰ੍ਹਾਂ ਦੇ ਸਹਿਯੋਗੀਆਂ ਦਾ ਇਹਨਾਂ ਨੇ ਸਮਰਥਨ ਲਿਆ ਉਹਨਾਂ ਦੇ ਸਹਾਰੇ ਇਹ ਸਹਿਯੋਗ ਲੈ ਕੇ ਇਹ ਸਰਕਾਰ ਚਲਾ ਰਹੇ ਆ ਤੇ ਹੋ ਸਕਦਾ ਇਹਨਾਂ ਦੇ ਵਤੀਰੇ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਜ਼ਰੂਰ ਆਏਗਾ ਕੁਝ ਨਰਮ ਪਹਿਣਗੇ ਵਿਰੋਧੀ ਧਿਰਾਂ ਦੀਆਂ ਗੱਲਾਂ ਸੁਣਨਗੇ ਜੇ ਵਿਰੋਧੀ ਕੋਈ ਸਵਾਲ ਕਰਨਗੇ ਤੇ ਪਾਰਲੀਮੈਂਟ ਦੇ ਵਿੱਚ ਆ ਕੇ ਉਹਨਾਂ ਦਾ ਜਵਾਬ ਦੇਣਗੇ ਵੈਸੇ ਤੁਹਾਨੂੰ ਪਤਾ ਨਾ ਲੋਕ ਸਭਾ ਦੇ ਵਿੱਚ ਤੇ ਨਾ ਰਾਜ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਕੋਈ ਜਵਾਬ ਦੇਣ ਦੀ ਕਦੇ ਜ਼ਿੰਮਤ ਹੀ ਨਹੀਂ ਉਠਾਈ ਇਸ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹਾਂ ਇੱਕ ਭਾਸ਼ਣ ਜ਼ਰੂਰ ਦਿੰਦੇ ਆ ਆ ਕੇ ਅਖੀਰ ਦੇ ਵਿੱਚ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਲੱਗਦਾ ਕਿ ਹੋ ਸਕਦਾ ਮੈਂ ਤਾਂ ਇਹਨਾਂ ਪਾਰਲੀਮੈਂਟ ਤੋਂ ਜਾਂ ਇਸ ਲੋਕ ਸਭਾ ਜਾਂ ਰਾਜ ਸਭਾ ਤੋਂ ਕਿਤੇ ਉੱਤੇ ਆ ਜਿਹੜਾ ਵਿਅਕਤੀ ਇਹ ਕਹਿ ਸਕਦਾ ਕਿ ਮੈਂ ਬਾਇਓਲੋਜੀਕਲੀ ਪੈਦਾ ਹੀ ਨਹੀਂ ਹੋਇਆ ਮੈਂ ਤਾਂ ਕੋਈ ਉੱਤੋਂ ਆਇਆ ਅਵਤਾਰ ਆ ਜੇ ਜਿਹਨੂੰ ਉਹਦੇ ਆਪਣੇ ਸਮਰਥਕ ਜਾਂ ਭਾਰਤੀ ਜਨਤਾ ਪਾਰਟੀ ਦੇ ਲੋਕ ਇਹ ਕਹਿੰਦੇ ਹੋਣ ਕਿ ਇਹ ਤਾਂ ਰੱਬ ਦਾ ਰੂਪ ਆ ਤੇ ਤੁਸੀਂ ਆਪ ਸਮਝ ਸਕਦੇ ਹੋ ਉਸ ਦਾ ਜਿਹੜਾ ਦਿਮਾਗ ਆ ਉਹ ਕਿੱਥੇ ਹੋਏਗਾ ਸੱਤਵੇਂ ਅਸਮਾਨ ਤੋਂ ਜਦੋਂ ਬੰਦਾ ਇਸ ਤਰ੍ਹਾਂ ਦੀ ਗੱਲਾਂ ਸੋਚਦਾ ਇੰਨਾ ਕਮਾਂਡ ਆ ਜਾਂਦਾ ਇਹੇ ਗੱਲਾਂ ਹੁਣ ਹੋ ਰਹੀਆਂ ਨੇ ਅੱਜ ਲੋਕ ਸਭਾ ਦੇ ਵਿੱਚ ਜਿਹੜੀ ਇੱਕ ਪਿਰਤ ਪਈ ਹੋਈ ਸੀ ਪਾਰਲੀਮੈਂਟ ਦੇ ਵਿੱਚ ਕਿ ਸਪੀਕਰ ਜਿਹਨੇ ਹਾਊਸ ਨੂੰ ਚਲਾਉਣਾ ਜਿਹਨੇ ਪਾਰਲੀਮੈਂਟ ਨੂੰ ਚਲਾਉਣਾ ਖਾਸ ਤੌਰ ਤੇ ਲੋਕ ਸਭਾ ਦਾ ਸਪੀਕਰ ਜਿਹਨੇ ਸੱਤਾਧਾਰੀ ਪਾਰਟੀ ਦੀ ਤਾਂ ਚਲੋ ਗੱਲ ਸੁਣਨੀ ਸੁਣਨੀ ਆ ਵਿਰੋਧੀ ਧਿਰਾਂ ਨੂੰ ਵੀ ਉਹਨਾਂ ਟਾਈਮ ਦੇਣਾ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦੇਣਾ ਇਹ ਵੀ ਦੇਖਣਾ ਕਿ ਵਿਰੋਧੀ ਧਿਰਾਂ ਕਿਉਂਕਿ ਲੋਕਾਂ ਦੀ ਆਵਾਜ਼ ਆ ਉਹ ਵੀ ਚੁਣ ਕੇ ਆਏ ਆ ਉਹਨਾਂ ਦੀ ਇਹ ਆਵਾਜ਼ ਪੂਰੀ ਤਰ੍ਹਾਂ ਇਸ ਪਾਰਲੀਮੈਂਟ ਦੇ ਵਿੱਚ ਗੂੰਜੇ ਉੱਥੇ ਉਹਨਾਂ ਦੀ ਆਵਾਜ਼ ਸੁਣੀ ਜਾਵੇ ਨਾ ਕਿ ਦਬਾ ਦਿੱਤੀ ਜਾਵੇ ਹੁਣ ਅੱਜ ਜਦੋਂ ਸਪੀਕਰ ਦੀ ਚੋਣ ਹੋਣੀ ਸੀ ਤੇ ਉਸ ਤੇ ਵੀ ਆਪਸ ਦੇ ਵਿੱਚ ਰਫੜ ਪੈ ਗਿਆ ਯਾਨੀ ਕਿ ਆਪਸ ਦੇ ਵਿੱਚ ਵਿਰੋਧ ਇੱਕ ਤਰ੍ਹਾਂ ਦਾ ਦੇਖਿਆ ਜਾ ਰਿਹਾ ਇਹ ਸਾਰੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਪ੍ਰੋ ਟੈਂਪ ਸਪੀਕਰ ਪ੍ਰੋਟਮ ਸਪੀਕਰ ਉਹ ਹੁੰਦਾ ਕਿ ਜਦੋਂ ਨਵੀਂ ਲੋਕ ਸਭਾ ਚੁਣੀ ਜਾਵੇ ਜਿਵੇਂ ਇਸ ਵਾਰੀ 18ਵੀਂ ਲੋਕ ਸਭਾ ਚੁਣੀ ਗਈ ਆ ਸਾਰੇ ਸੰਸਦ ਜਾਂ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਆ ਉਸ ਤੋਂ ਬਾਅਦ ਉਹਨਾਂ ਨੂੰ ਸੋਚ ਕਾਉਣੀ ਹੁੰਦੀ ਆ ਤੇ ਅਮੂਮਨ ਰਵਾਇਤ ਇਹ ਆ ਪਰੰਪਰਾ ਇਹ ਆ ਕਿ ਜਿਹੜਾ ਸਭ ਤੋਂ ਸੀਨੀਅਰ ਮੈਂਬਰ ਹੁੰਦਾ ਮੈਂਬਰ ਪਾਰਲੀਮੈਂਟ ਜਿਹੜਾ ਸਭ ਤੋਂ ਵੱਧ ਵਾਰੀ ਜਿੱਤਿਆ ਹੁੰਦਾ ਉਹਨੂੰ ਅਕਸਰ ਆਪਸੀ ਜਾਂ ਆਪਸੀ ਸਹਿਮਤੀ ਦੇ ਨਾਲ ਉਸ ਨੂੰ ਪ੍ਰੋਟੈਂਪ ਸਪੀਕਰ ਬਣਾ ਦਿੱਤਾ ਜਾਂਦਾ ਕਿ ਚਲੋ ਘਟੋ ਘਟ ਇਹ ਸੌਂ ਚ ਕਾ ਦੂਗਾ ਤੇ ਉਸ ਤੋਂ ਬਾਅਦ ਫਿਰ ਆਪਸੀ ਕੰਸੈਂਸਸ ਦੇ ਨਾਲ ਜਾਂ ਆਪਸੀ ਸਹਿਮਤੀ ਦੇ ਨਾਲ ਸਰਬਸੰਮਤੀ ਦੇ ਨਾਲ ਜਦੋਂ ਕੋਈ ਸਪੀਕਰ ਚੁਣ ਲਾਂਗੇ ਤੇ ਫਿਰ ਉਹ ਆਪਣੀ ਕਾਰਵਾਈ ਸ਼ੁਰੂ ਕਰੂਗਾ ਤੁਸੀਂ ਦੇਖੋ ਇਸ ਵਾਰੀ ਜਿਹੜਾ ਇਹ ਸਪੀਕਰ ਲੈ ਕੇ ਆਏ ਜਿਸ ਨੇ ਸੌ ਚukai ਉਹਦਾ ਨਾਮ ਸੀ ਭਕਤੂਹਰੀ ਮਹਿਤਾਬ ਭਕਤੂਹਰੀ ਮਹਿਤਾਬ ਓਡੀਸ਼ਾ ਤੋਂ ਆਉਂਦਾ ਪਹਿਲਾਂ ਇਹ ਬੀਜੂ ਜਨਤਾ ਪਾਰਟੀ ਦੇ ਵਿੱਚ ਸੀ ਲਗਭਗ ਇਹ 7 ਕਵਾਰੀ ਐਮਪੀ ਬਣ ਚੁੱਕਾ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਇਹਦਾ ਟਰੈਕ ਰੈਕર્ડ ਆ ਜਿਹੜਾ ਉਹ ਵਧੀਆ ਪਰ ਕਿਉਂਕਿ ਇਹ ਬੀਜੂ ਜਨਤਾ ਦਲ ਦੇ ਨਾਲ ਸੀ ਨਵੀਨ ਪਟਨਾਇਕ ਦੀ ਜਿਹੜੀ ਪਾਰਟੀ ਆ ਹੁਣ ਤਾਂ ਉਹ ਸੱਤਾ ਚੋਂ ਬਾਹਰ ਹੋ ਗਈ ਆ ਔਰ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਸੀ ਉਸ ਤੋਂ ਥੋੜੀ ਦੇਰ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਇਸਨੇ ਜੁਆਇਨ ਕੀਤੀ ਸੀ ਤੇ ਅੱਜਕੱਲ ਇਹ ਬੀਜੇਪੀ ਦੇ ਵਿੱਚ ਆ ਆਪਸ ਦੇ ਵਿੱਚ ਲੜਾਈ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਕਾਂਗਰਸ ਜਾਂ ਜਿਹਨੂੰ ਆਪਾਂ ਇੰਡੀਆ ਅਲਾਈਅንስ ਕਹਿੰਨੇ ਆ ਉਨੇ ਕਿਹਾ ਸੀ ਕਿ ਸਾਡੇ ਕੇ ਸੁਰੇਸ਼ ਕੇ ਸੁਰੇਸ਼ ਜਿਨ੍ਹਾਂ ਦਾ ਪੂਰਾ ਨਾਮ ਕੋੜੀ ਕੁਨਾਲ ਸੁਰੇਸ਼ ਆ ਕੇਰਲ ਤੋਂ ਆਉਂਦੇ ਆ ਤੇ ਅੱਜ ਕੱਲ ਇਹ ਕਾਰਜਕਾਰੀ ਕਾਂਗਰਸ ਨੇ ਕੇਰਲ ਦੇ ਵਿੱਚ ਪ੍ਰਧਾਨ ਆ ਔਰ ਇਹ 8 ਵਾਰੀ ਚੋਣ ਜਿੱਤ ਚੁੱਕਿਆ ਯਾਨੀ ਕਿ ਜਿਹੜੇ ਮਹਿਤਾਬ ਨੂੰ ਇਹਨਾਂ ਨੇ ਪ੍ਰੋ ਟੈਂਪ ਸਪੀਕਰ ਬਣਾਇਆ ਸੀ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਨੇ ਉਸ ਤੋਂ ਵੱਧ ਸੀਨੀਅਰ ਆ ਤੇ ਪ੍ਰਥਾ ਇਹ ਕਹਿੰਦੀ ਆ ਜਾਂ ਪਰਤੇ ਕਹਿੰਦੀ ਆ ਕਿ ਇਸ ਨੂੰ ਬਣਾਇਆ ਜਾਣਾ ਚਾਹੀਦਾ ਸੀ ਪਰ ਇਹਨੂੰ ਬਣਾਇਆ ਨਹੀਂ ਗਿਆ ਕਿ ਸੁਰੇਸ਼ ਨੂੰ ਕਿਉਂਕਿ ਕਾਂਗਰਸ ਦਾ ਸੀ ਵਿਰੋਧੀ ਧਿਰ ਦਾ ਸੀ ਖੈਰ ਪ੍ਰੋਟਮ ਸਪੀਕਰ ਨੇ ਸਾਰਿਆਂ ਨੂੰ ਸੌਂਚ ਕਾਤੀ ਤੇ ਉਸ ਤੋਂ ਬਾਅਦ ਇਹ ਜਿਹੜਾ ਆਪਸ ਦੇ ਵਿੱਚ ਕਨਫਰੋਨਟੇਸ਼ਨ ਸੀ ਆਪਸ ਦੇ ਵਿੱਚ ਵਿਰੋਧ ਹੋਰ ਵਧ ਗਿਆ ਜਦੋਂ ਸਪੀਕਰ ਦੇ ਚੋਣ ਦੀ ਗੱਲ ਆਈ ਤੇ ਦੇਖੋ ਸਪੀਕਰ ਜਦੋਂ ਚੁਣਿਆ ਜਾਂਦਾ ਹੁੰਦਾ ਤੇ ਉਹਦੇ ਲਈ ਤੁਹਾਨੂੰ ਆਪਣੀ ਨਾਮਜ਼ਦਗੀ ਭਰਨੀ ਹੁੰਦੀ ਆ ਔਰ ਉਹ ਵੀ ਤੁਹਾਡੇ ਪਾਰਟੀ ਵੱਲੋਂ ਜਾਂ ਤੀਸਰੇ ਬੰਦੇ ਵੱਲੋਂ ਭਰਨੀ ਹੁੰਦੀ ਆ ਤੇ ਇਹ ਸਮਝਿਆ ਜਾਂਦਾ ਕਿ ਨਾਮਜ਼ਦਗੀ ਇਹ ਇਹਦੇ ਉੱਤੇ ਕੋਈ ਇਲੈਕਸ਼ਨ ਨਾ ਕਰਵਾਈ ਜਾਵੇ ਚੋਣ ਨਾ ਕਰਵਾਈ ਜਾਵੇ ਆਪਸ ਦੇ ਵਿੱਚ ਸਹਿਮਤੀ ਦੇ ਨਾਲ ਸਪੀਕਰ ਚੁਣ ਲਿਆ ਜਾਵੇ ਜਿਹੜਾ ਦੋਨਾਂ ਧਿਰਾਂ ਨੂੰ ਮਨਜ਼ੂਰ ਹੋਵੇ ਕਿਉਂਕਿ ਸਪੀਕਰ ਦਾ ਜਿਹੜਾ ਰੋਲ ਆ ਉਹ ਨਿਹੈਤ ਹੀ ਇੰਪਾਰਸ਼ਲ ਹੋਣਾ ਚਾਹੀਦਾ ਬਿਗੈਰ ਕਿਸੇ ਭੇਦਭਾਵ ਤੋਂ ਹੋਣਾ ਚਾਹੀਦਾ ਪਰ ਪਿਛਲੇ 10 ਸਾਲਾਂ ਦੇ ਵਿੱਚ ਆਪਾਂ ਦੇਖਿਆ ਹਾਲਾਂਕਿ ਐਗਜ਼ੈਂਪਲ ਥੋੜੀਆਂ ਬਹੁਤੀਆਂ ਪਹਿਲਾਂ ਵੀ ਹੋ ਸਕਦੀਆਂ ਪਰ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਦੇਖਿਆ ਕਿ ਸਪੀਕਰ ਨੇ ਆਪਣਾ ਰੋਲ ਚੰਗੀ ਤਰ੍ਹਾਂ ਨਹੀਂ ਨਿਭਾਇਆ ਜਿਸ ਤਰ੍ਹਾਂ ਕਿ ਕਿਸੇ ਵੀ ਲੋਕਤੰਤਰ ਦੀ ਇਹ ਜ਼ਰੂਰਤ ਹੁੰਦੀ ਹੈ ਖਾਸ ਤੌਰ ਤੇ ਸਨ 2019 ਤੋਂ ਬਾਅਦ ਜਦੋਂ ਓਮ ਬਿਰਲਾ ਸਪੀਕਰ ਬਣੇ ਨੇ ਕਿੰਨੀਆਂ ਸਸਪੈਂਸ਼ਨਸ ਹੋਈਆਂ ਖਾਸ ਤੌਰ ਤੇ ਵਿਰੋਧੀ ਐਮਪੀਜ਼ ਦੀਆਂ ਲਗਾਤਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਕੋਈ ਨਾ ਕੋਈ ਤਰੀਕਾ ਲੱਭ ਕੇ ਉਹਨਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ ਜਾਂਦਾ ਸੀ ਇਸੇ ਕਰਕੇ ਇਸ ਵਾਰੀ ਕਿਉਂਕਿ ਨੰਬਰ ਵੱਧ ਆਏ ਆ ਆਪੋਜੀਸ਼ਨ ਐਮਪੀਜ਼ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਉੱਥੇ ਕੁਰਸੀਆਂ ਸਾੰਭੀਆਂ ਜਾ ਕੇ ਪਾਰਲੀਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਇਸ ਵਾਰੀ ਵੱਡੀ ਫੋਰਸ ਬਣ ਕੇ ਸਾਹਮਣੇ ਆਈ ਆ ਤੇ ਲੱਗਦਾ ਸੀ ਕਿ ਨਰਿੰਦਰ ਮੋਦੀ ਨੂੰ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਜਿਸ ਤਰ੍ਹਾਂ ਪੂਰਾ ਬਹੁਮਤ ਨਹੀਂ ਮਿਲਿਆ ਤੇ ਇਸ ਵਾਰੀ ਕੋਈ ਨਾ ਕੋਈ ਕੰਸੈਂਸਸ ਬਣਾਉਣਗੇ ਕੰਸੈਂਸਸ ਬਣਾਉਣ ਦੀ ਜਾਂ ਆਪਸੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤੁਸੀਂ ਦੇਖੋ ਰਾਜਨਾਥ ਸਿੰਘ ਨੂੰ ਇਸ ਵਾਰੀ ਅੱਗੇ ਕੀਤਾ ਹੋਇਆ ਸੀ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਨੂੰ ਅੱਗੇ ਨਹੀਂ ਕੀਤਾ ਕਿਉਂਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਕਿ ਰਾਜਨਾਥ ਸਿੰਘ ਨੂੰ ਅੱਜ ਵੀ ਸਿਆਸਤ ਦੇ ਵਿੱਚ ਥੋੜਾ ਲਿਬਰਲ ਮੰਨਿਆ ਜਾਂਦਾ ਥੋੜਾ ਉਦਾਰਵਾਦੀ ਮੰਨਿਆ ਜਾਂਦਾ ਥੋੜਾ ਸੌਫਟ ਮੰਨਿਆ ਜਾਂਦਾ ਨਰਮ ਮੰਨਿਆ ਜਾਂਦਾ ਤੇ ਉਸ ਦੇ ਨਾਲ ਯਾਨੀ ਕਿ ਰਾਜਨਾਥ ਸਿੰਘ ਦੇ ਨਾਲ ਅਕਸਰ ਜਿਹੜੀਆਂ ਵਿਰੋਧੀ ਪਾਰਟੀ ਜਾਂ ਉਹਨਾਂ ਦੇ ਨੇਤਾ ਨੇ ਉਹ ਗੱਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੁਰੇਸ਼ ਨਹੀਂ ਕਰਦੇ ਇਸ ਕਰਕੇ ਲਗਾਤਾਰ ਮੀਟਿੰਗਾਂ ਹੋਈਆਂ ਔਰ ਇਸ ਗੱਲ ਦੀ ਜਾਣਕਾਰੀ ਰਾਹੁਲ ਗਾਂਧੀ ਨੇ ਦਿੱਤੀ ਕੀ ਰਾਜਨਾਥ ਸਿੰਘ ਦਾ ਫੋਨ ਆਉਂਦਾ ਮਲਿਕਾ ਅਰਜੁਨ ਖੜਗੇ ਨੂੰ ਮਲਿਕਾ ਅਰਜੁਨ ਖੜਗੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੂੰ ਰਾਜਨਾਥ ਸਿੰਘ ਕਹਿੰਦੇ ਆ ਕਹਿੰਦੇ ਦੇਖੋ ਆਪਾਂ ਚੋਣ ਨਾ ਕਰੀਏ ਆਪਾਂ ਸਰਬਸੰਮਤੀ ਦੇ ਨਾਲ ਆਪਣਾ ਸਪੀਕਰ ਚੁਣ ਲਈਏ ਜਿਹੜੀ ਕਿ ਇੱਕ ਪ੍ਰਥਾ ਤੇ ਤੁਸੀਂ ਓਮ ਬਿਰਲਾ ਨੂੰ ਫੇਰ ਤੋਂ ਆਪਣੀ ਸਹਿਮਤੀ ਦੇ ਦਿਓ ਇਸ ਦਾ ਸਮਰਥਨ ਕਰ ਦਿਓ ਕੋਈ ਗੱਲ ਨਹੀਂ ਅਸੀਂ ਵੀ ਤੁਹਾਨੂੰ ਹਾਊਸ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਪੂਰਾ ਸਹਿਯੋਗ ਕਰਾਂਗੇ

क्लियरली कहा है राजनाथ सिंह जी का खारगे जी को फोन आया राजनाथ सिंह जी ने खारगे जी से कहा देखिए आप हमारे स्पीकर को सपोर्ट कीजिए ऑपोजिशन पूरी ऑपोजिशन ने कहा है हमने सब के सब से बात की है पूरे ऑपोजिशन ने कहा है कि हम स्पीकर को सपोर्ट करेंगे मगर कन्वेंशन यह है कि डेप्यूटी स्पीकर ऑपोजिशन को मिलना चाहिए राजनाथ सिंह जी ने कल शाम कहा था कि वो खारगे जी को कॉल रिटर्न करेंगे अभी तक राजनाथ सिंह जी ने खारगे जी का कॉल रिटर्न नहीं किया है तो मोदी जी कह रहे हैं कंस्ट्रक्टिव कोऑपरेशन हो और फिर हमारे नेता को इंसल्ट करा जा रहा है तो नियत साफ नहीं है नरेंद्र मोदी जी कोई कंस्ट्रक्टिव कोऑपरेशन नहीं चाहते हैं क्योंकि कन्वेंशन है कि डेप्यूटी स्पीकर अपोजिशन का होना चाहिए और हमने कहा है पूरे अपोजिशन ने कहा है कि अगर कन्वेंशन फॉलो किया जाएगा तो पूरा समर्थन स्पीकर के इलेक्शन में हम देंगे अक्सर डिप्टी लोकसभा स्पीकर वही होता और विरोधी तिर दे विचो ही स्पीकर दा तानू पता ही या आम तौर ते या अमूमन वो सत्ताधारी पार्टी ही दा ही बणदा पर तुसी एक चीज देखो और ये जेडी प्रथा ये 1900 91 ਤੋਂ 19191 ਤੋਂ ਲਗਾਤਾਰ ਇਸ ਤਰ੍ਹਾਂ ਦੀ ਪਿਰਤ ਪਈ ਹੋਈ ਆ ਕਿ ਡੈਪਟੀ ਲੋਕ ਸਭਾ ਸਪੀਕਰ ਉਹ ਚੁਣਿਆ ਜਾਊਗਾ ਵਿਰੋਧੀ ਧਿਰ ਤੋਂ ਚੁਣਿਆ ਜਾਊਗਾ ਪਰ ਇਸ ਗੱਲ ਨੂੰ ਰਾਜਨਾਥ ਸਿੰਘ ਨੇ ਕਹਿ ਤਾਂ ਦਿੱਤਾ ਕਿ ਚਲੋ ਅਸੀਂ ਇਸ ਤੇ ਵਿਚਾਰ ਕਰਦੇ ਆ ਬਾਅਦ ਦੇ ਵਿੱਚ ਤਿੰਨ ਕਵਾਰੀ ਆਪਸ ਦੇ ਵਿੱਚ ਗੱਲਬਾਤ ਵੀ ਹੋਈ ਪਰ ਰਾਜਨਾਥ ਸਿੰਘ ਨੇ ਇਸ ਉੱਤੇ ਹਮ ਹੀ ਨਹੀਂ ਭਰੀ ਕਿ ਚਲੋ ਤੁਹਾਡਾ ਅਸੀਂ ਡੈਪਟੀ ਸਪੀਕਰ ਲੈ ਲਨੇ ਇੰਨਾ ਡਰ ਇੰਨਾ ਡਰ ਕਿ ਇਹਨਾਂ ਦਾ ਜੇ ਡੈਪਟੀ ਸਪੀਕਰ ਹੋ ਗਿਆ ਕੱਲ ਨੂੰ ਸਾਡੇ ਤੇ ਕੋਈ ਕਾਰਵਾਈ ਨਾ ਕਰ ਦੇ ਤੇ ਕੀ ਜਿਹੜਾ ਤੁਹਾਡਾ ਸਪੀਕਰ ਚੁਣਿਆ ਜਾਣਾ ਉਹ ਕੋਈ ਕਾਰਵਾਈ ਨਹੀਂ ਕਰੂਗਾ ਸਪੀਕਰ ਦਾ ਉਹਦਾ ਤੁਸੀਂ ਅਕਸਰ ਪੁੱਛੋਗੇ ਕਿ ਇੰਨਾ ਇੰਪੋਰਟੈਂਟ ਕਿਵੇਂ ਹੋ ਗਿਆ ਇੰਨਾ ਅਹਿਮ ਕਿਸ ਤਰ੍ਹਾਂ ਹੋ ਗਿਆ ਸਾਰੀਆਂ ਪਾਰਟੀਆਂ ਤਾਂ ਭਜਦੀਆਂ ਨੇ ਕੈਬਨਿਟ ਮੰਤਰੀ ਦੇ ਪੋਰਟਫੋਲੀਓਸ ਨੂੰ ਲੈ ਕੇ ਜਾਂ ਉਹਨਾਂ ਅਹੁਦਿਆਂ ਨੂੰ ਲੈ ਕੇ ਇਸ ਵਾਰ ਸਪੀਕਰ ਕਿਉਂ ਇੰਨਾ ਇੰਪੋਰਟੈਂਟ ਹੋ ਗਿਆ ਇੰਪੋਰਟੈਂਟ ਜਾਂ ਮਹੱਤਵਪੂਰਨ ਇਸ ਕਰਕੇ ਹੋ ਗਿਆ ਕਿਉਂਕਿ ਇਸ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਿੱਚ ਸਪੀਕਰ ਦੇ ਨਾਲ ਰਲ ਕੇ ਜਾਂ ਸਪੀਕਰ ਦੀ ਸਹਿਮਤੀ ਦੇ ਨਾਲ ਇੰਨੀਆਂ ਕਿ ਸਰਕਾਰਾਂ ਪੂਰੇ ਭਾਰਤ ਦੇ ਵਿੱਚ ਤੋੜੀਆਂ ਜਾਂ ਇੰਨੀਆਂ ਕਿ ਪਾਰਟੀਆਂ ਤੋੜਤੀਆਂ ਉਸ ਤੋਂ ਬਾਅਦ ਸਾਰੀਆਂ ਖੇਤਰੀ ਪਾਰਟੀਆਂ ਦੇ ਵਿੱਚ ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਪੈਦਾ ਹੋ ਗਿਆ ਕਿ ਜੇ ਸਪੀਕਰ ਹੀ ਹੋਊਗਾ ਦੇਖੋ ਸਪੀਕਰ ਜਦੋਂ ਕੋਈ ਐਮਪੀ ਟੁੱਟ ਕੇ ਜਾਂਦੇ ਆ ਵਿਧਾਇਕ ਟੁੱਟ ਕੇ ਜਾਂਦੇ ਆ ਔਰ ਉਹਨਾਂ ਤੇ ਐਂਟੀ ਡਿਫੈਕਸ਼ਨ ਲਾਅ ਕਿ ਕੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਸ ਸਾਰੀ ਚੀਜ਼ ਦਾ ਜਿਹੜਾ ਫੈਸਲਾ ਉਹ ਸਪੀਕਰ ਲੈਂਦਾ ਪਰ ਜੇ ਸਪੀਕਰ ਫੈਸਲਾ ਲਵੇ ਨਾ ਜਾਂ ਬਗੈਰ ਕਲਦੋ ਕਿਸੇ ਨੂੰ ਮੁਅਤਲ ਕਰ ਦੇ ਤੁਸੀਂ ਮਹਾਰਾਸ਼ਟਰ ਦੀ ਐਗਜ਼ਾਮਪਲ ਦੇਖੋ ਸੁਪਰੀਮ ਕੋਰਟ ਤੱਕ ਨੇ ਕਿਹਾ ਸੀ ਕਿ ਜਦੋਂ ਉੱਧਵ ਠਾਕਰੇ ਦੀ ਸਰਕਾਰ ਤੋੜੀ ਉਹ ਬਿਲਕੁਲ ਗੈਰਕਾਨੂੰਨੀ ਸੀ ਬਿਲਕੁਲ ਗਲਤ ਸੀ ਜੇ ਉੱਧਵ ਠਾਕਰੇ ਆਪਣਾ ਅਹੁਦਾ ਨਾ ਛੱਡਦੇ ਜਾਂ ਬਣੇ ਰਹਿੰਦੇ ਖੁਦ ਆਪਣੇ ਆਪ ਅਸਤੀਫਾ ਨਾ ਦਿੰਦੇ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਭਾਰਤ ਦੇ ਚੀਫ ਜਸਟਿਸ ਨੇ ਡੀワイ ਚੰਦਰ ਚੂੜ ਨੇ ਅਸੀਂ ਇਹਨਾਂ ਦੀ ਸਰਕਾਰ ਬਹਾਲ ਕਰ ਦੇਣੀ ਸੀ ਔਰ ਇਸ ਤਰ੍ਹਾਂ ਦੀਆਂ ਕਿੰਨੀਆਂ ਐਗਜ਼ੈਪਲਸ ਨੇ ਇਸੇ ਕਰਕੇ ਸਪੀਕਰ ਦਾ ਅਹੁਦਾ ਇੰਨਾ ਕੁ ਮਹੱਤਵਪੂਰਨ ਹੋ ਚੁੱਕਾ ਕਿਉਂਕਿ ਇਹਦਾ ਦੁਰਉਪਯੋਗ ਬਹੁਤ ਹੋਇਆ ਇਸੇ ਕਰਕੇ ਜਿਹੜੇ ਵਿਰੋਧੀ ਪਾਰਟੀਆਂ ਸੀ ਜਾਂ ਵਿਰੋਧੀ ਧਿਰ ਸੀ ਉਹ ਨਹੀਂ ਸੀ ਚਾਹੁੰਦੇ ਕਿ ਓਮ ਬਿਰਲਾ ਵਰਗਾ ਬੰਦਾ ਦੁਬਾਰਾ ਆਵੇ ਔਰ ਇਸੇ ਕਰਕੇ ਇਹਨਾਂ ਨੇ ਡੈਪਟੀ ਸਪੀਕਰ ਦੀ ਮੰਗ ਕੀਤੀ ਸੀ ਪਰ ਉਸ ਤੇ ਸਹਿਮਤੀ ਨਹੀਂ ਬਣੀ ਹੁਣ ਤੁਸੀਂ ਦੇਖੋ ਇੰਡੀਆ ਬਲੌਕ ਵੱਲੋਂ ਇਹੀ ਕੇਸ ਜਿਹੜੇ ਕੇਰਲ ਤੋਂ ਜਿਨ੍ਹਾਂ ਦੀ ਮੈਂ ਗੱਲ ਕਰਕੇ ਹਟਿਆ ਜਿਹੜੇ 8 ਵਾਰੀ ਐਮਪੀ ਰਹਿ ਚੁੱਕੇ ਆ ਇਹਨਾਂ ਦੀ ਵੀ ਨਾਮਜ਼ਦਗੀ ਹੋ ਗਈ ਆ ਤੇ ਇਸੇ ਤਰ੍ਹਾਂ ਓਮ ਬਿਰਲਾ ਨੇ ਤਾਂ ਐਨਡੀਏ ਵੱਲੋਂ ਜਾਂ ਨੈਸ਼ਨਲ ਡੈਮੋਕ੍ਰੈਟਿਕ ਅਲਾਈਐਂਸ ਵੱਲੋਂ ਆਪਣੇ ਕਾਗਜ਼ ਭਰਤੀ ਆ ਤੇ ਕੱਲ ਨੂੰ ਵੋਟਾਂ ਪੈਂਣ ਜਾ ਰਹੀਆਂ ਨੇ ਦੇਖੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜੇ ਸਿੱਧਾ ਤੁਸੀਂ ਅਰਥਮੈਟਿਕ ਲਾਓ ਜਾਂ ਮੈਥਮੈਟਿਕਸ ਦੇਖੋ ਤੇ ਐਨਡੀਏ ਕੋਲੇ ਇਸ ਵਕਤ ਵੱਧ ਨੰਬਰ ਆ ਕਿਉਂਕਿ ਨੰਬਰ ਗੇਮ ਚੱਲਦੀ ਹੈ ਸਾਰੇ 293 ਦੇ ਕਰੀਬ 240 ਸੀਟਾਂ ਭਾਰਤੀ ਜਨਤਾ ਪਾਰਟੀਾਂ ਦੇ ਨੇ ਤੇ ਬਾਕੀ 53 ਸੀਟਾਂ ਇਹਦੇ ਵਿੱਚ ਜਨਤਾਦਲ ਯੂनाइटेड ਵੀ ਆ ਜਾਂਦੀ ਹੈ ਇਹਦੇ ਵਿੱਚ ਚੰਦਰਬਾਬੂ ਨਾਈਡੀ ਦੀ ਪਾਰਟੀ ਤੇਲਗੋ ਦਿਸਮ ਪਾਰਟੀ ਵੀ ਆ ਜਾਂਦੀ ਹੈ ਤੇ ਹੋਰ तमाम ਆਜ਼ਾਦ ਉਮੀਦਵਾਰ ਮਿਲ ਮਲਾ ਕੇ ਇਹ 293 ਬਣ ਜਾਂਦੇ ਆ ਦੂਸਰੇ ਪਾਸੇ ਜੇ ਤੁਸੀਂ ਇੰਡੀਆ ਅਲਾਈਅੰਸ ਦਾ ਦੇਖੋ ਸਾਰੇ ਰਲ ਮਿਲਾ ਕੇ 233 ਬਣਦੇ ਆ ਯਾਨੀ ਕਿ 60 ਸੀਟਾਂ ਦਾ ਫਰਕ ਆ ਸੋ ਜੇ ਹੁਣੇ ਤੋਂ ਆਪਾਂ ਅੰਦਾਜ਼ਾ ਲਾ ਲਈਏ ਕਿ 60 ਸੀਟਾਂ ਦਾ ਫਰਕ ਆ ਇਹਦੇ ਵਿੱਚ ਤਾਂ ਐਨਡੀਏ ਨੇ ਆਰਾਮ ਦੇ ਨਾਲ ਜਿੱਤੇ ਜਾਣਾ ਸੋ ਇਹਨਾਂ ਨੂੰ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਹੈ ਤੇ ਇਹ ਕਿਉਂ ਮੰਨਣ ਜਦ ਨੰਬਰ ਇਹਨਾਂ ਕੋਲੇ ਆ ਪਰ ਤੁਹਾਨੂੰ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਦੱਸਦਾ ਕਿ ਖਤਰੇ ਕਈ ਵਾਰੀ ਇਸ ਤਰ੍ਹਾਂ ਵੀ ਪੈਦਾ ਹੋ ਜਾਂਦੇ ਜਦੋਂ ਕ੍ਰਾਸ ਵੋਟਿੰਗ ਤੱਕ ਹੋ ਜਾਂਦੀ ਹੈ ਕੋਈ ਪਤਾ ਨਹੀਂ ਰਾਤੋ ਰਾਤ ਕੀ ਹੋ ਜੇ ਕੱਲ ਨੂੰ ਕੌਣ ਕਿਹਨੂੰ ਵੋਟ ਪਾ ਦੇ ਜਾਂ ਕ੍ਰਾਸ ਵੋਟਿੰਗ ਹੋ ਜੇ ਕਿਉਂਕਿ 240 ਤਾਂ ਭਾਰਤੀ ਜਨਤਾ ਪਾਰਟੀ ਦੇ ਆ ਬਾਕੀ ਜਿਹੜੇ ਆ ਉਹ ਵੱਖਰੀਆਂ ਵੱਖਰੀਆਂ ਪਾਰਟੀਆਂ ਤੋਂ ਆ ਕੌਣ ਕਿਨੂੰ ਕਿਸ ਵਕਤ ਵੋਟ ਪਾ ਦੂਗਾ ਜਾਂ ਰਾਤੋ ਰਾਤ ਕੀ ਇਸ ਤਰ੍ਹਾਂ ਦੀ ਟਕੜਮ ਲੜਾਈ ਜਾਊਗੀ ਕਿਉਂਕਿ ਸਾਰੇ ਕੋਸ਼ਿਸ਼ ਕਰਨਗੇ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਵੀ ਕੋਸ਼ਿਸ਼ ਕਰੂਗੀ ਕਿ ਰਾਤੋ ਰਾਤ ਕੋਈ ਇਸ ਤਰ੍ਹਾਂ ਦੀ ਖੇਡ ਨਾ ਹੋ ਜੇ ਜਿਹਦੇ ਨਾਲ ਉਹ ਆਪਣੇ ਸਪੀਕਰ ਤੇ ਹੀ ਹਾਰ ਜੇ ਸੋ ਇਸ ਕਰਕੇ ਕੋਸ਼ਿਸ਼ ਤਾਂ ਖੈਰ ਵਿਰੋਧੀ ਪਾਰਟੀਆਂ ਵੀ ਕਰਨਗੀਆਂ ਫਿਰ ਦੇਖਾਂਗੇ ਕਿ ਅਲਟੀਮੇਟਲੀ ਨਤੀਜਾ ਕੀ ਨਿਕਲਦਾ ਪਰ ਕੀ ਜੇ ਓਮ ਬਿਰਲਾ ਜਿਹਦੀ ਕੀ ਬਹੁਤ ਜ਼ਿਆਦਾ ਸੰਭਾਵਨਾ ਜੇ ਓਮ ਬਿਰਲਾ ਜਿੱਤ ਜਾਂਦੇ ਆ ਤੇ ਕੀ ਫਿਰ ਇਸ ਵਾਰੀ ਵੀ ਉਹ ਐਮਪੀਜ਼ ਨੂੰ ਸੰਸਦਾਂ ਨੂੰ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਲਗਾਤਾਰ ਮੌਤਲ ਕਰਕੇ ਸਸਪੈਂਡ ਕਰਕੇ ਜਾਂ ਸਦਨ ਚੋਂ ਕੱਢ ਕੇ ਉਹ ਆਪਣਾ ਪਾਰਲੀਮੈਂਟ ਜਾਂ ਲੋਕ ਸਭਾ ਚਲਾਉਣਗੇ ਕੀ ਉਹਨਾਂ ਨੂੰ ਇਸ ਵਾਰੀ ਮੌਕਾ ਦਿੱਤਾ ਜਾਊਗਾ ਕੀ ਉਹਨਾਂ ਦੀਆਂ ਸਪੀਚੀਜ਼ ਉਹਨਾਂ ਦੇ ਭਾਸ਼ਣ ਐਕਸਪੈਂਡ ਤਾਂ ਨਹੀਂ ਕਰ ਦਿੱਤੇ ਜਾਣਗੇ ਜਿਸ ਤਰ੍ਹਾਂ ਪਹਿਲਾਂ ਕਰ ਦਿੱਤੇ ਜਾਂਦੇ ਸੀ ਕੀ ਉਹਨਾਂ ਨੂੰ ਪੂਰਾ ਟਾਈਮ ਮਿਲੂਗਾ ਜਾਂ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਜਾਊਗੀ ਕੀ ਉਹਨਾਂ ਵੱਲੋਂ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਕੁਐਸਚਨ ਆਵਰਸ ਦੇ ਦੌਰਾਨ ਕੀ ਉਹਨਾਂ ਦੇ ਜਵਾਬ ਦਿੱਤੇ ਜਾਣਗੇ ਕੀ ਉਹਨਾਂ ਨੂੰ ਜ਼ੀਰੋ ਆਵਰ ਦਿੱਤਾ ਜਾਏਗਾ ਤਮਾਮ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਜਦੋਂ ਸਦਨ ਚਲਾਉਣਾ ਹੁੰਦਾ ਤੇ ਫੇਰ ਕਿਤੇ ਇਹ ਨਾ ਹੋਵੇ ਕਿ ਲਗਾਤਾਰ ਅਸੀਂ ਇੰਨੀ ਤعداد ਦੇ ਵਿੱਚ ਜਿਹੜੇ 233 ਦੀ ਸਟਰੈਂਥ ਆ ਉਹ ਲਗਾਤਾਰ ਅਸੀਂ ਉਹਨਾਂ ਨੂੰ ਦੇਖੀਏ ਕਿ ਕੋਈ ਬਾਹਰ ਜਾ ਕੇ ਮਹਾਤਮਾ ਗਾਂਧੀ ਦੀ ਸਮਾਧੀ ਤੇ ਰਾਤੋਂ ਰਾਤ ਬੈਠ ਕੇ ਉੱਥੇ ਸਵੇਰੇ ਓਮ ਦਿਰਲਾ ਚਾਹ ਲੈ ਕੇ ਜਾਂਦੇ ਹੋਏ ਦਿਖਾਈ ਦੇਣ ਪਿਛਲੀ ਵਾਰੀ ਇਦਾਂ ਹੀ ਹੋਇਆ ਸੀ ਜਦੋਂ ਸਾਰੇ ਵਾਕ ਆਊਟ ਕਰ ਗਏ ਸੀ ਕਿ ਤੁਸੀਂ ਤਾਂ ਬੋਲਣ ਤਾਂ ਤੱਕ ਨਹੀਂ ਦਿੰਦੇ ਤੁਸੀਂ ਤਾਂ ਸਾਡੇ ਮਾਈਕ ਤੱਕ ਬੰਦ ਕਰ ਦਿੰਦੇ ਹੋ ਦੇਖਦੇ ਆ ਕਿਉਂਕਿ ਇਹ ਐਤ ਕੀ ਤੈ ਕਰੂਗਾ ਇਹ ਸੈਸ਼ਨ ਔਰ ਇਸ ਤੋਂ ਬਾਅਦ ਵੀ ਸੈਸ਼ਨ ਹੋਣੇ ਆ ਇਸ ਵਾਰੀ ਜਿਹੜੀ ਤੀਸਰੀ ਵਾਰ ਦੀ ਸਰਕਾਰ ਬਣੀ ਆ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਦੀ ਇਹ ਤੈਅ ਕਰੂਗੀ ਕਿਉਂਕਿ ਗੱਲਾਂ ਬਹੁਤ ਕਰਦੇ ਆ ਹੁਣ ਤੁਸੀਂ ਦੇਖੋ ਕੱਲ ਵੀ ਤੁਸੀਂ ਦੇਖਿਆ ਹੋਣਾ ਲੋਕ ਸਭਾ ਦੇ ਵਿੱਚ ਖਾਸ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਸਾਰੇ ਸੰਵਿਧਾਨ ਦੀਆਂ ਕਾਪੀਆਂ ਚੱਕ ਕੇ ਆਏ ਸੀ ਬਲਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਐਮਪੀਜ਼ ਆ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਜਦੋਂ ਸੌ ਚੁੱਕੀ ਤੇ ਇੱਕ ਹੱਥ ਦੇ ਵਿੱਚ ਉਹਨਾਂ ਦੇ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ ਪਰ ਜਿਹੜੇ ਲੋਕ ਕਹਿੰਦੇ ਨੇ ਕਿ ਕਿਉਂਕਿ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਦ ਕਰਵਾ ਰਹੇ ਸੀ ਕਹਿੰਦੇ ਦੇਖੋ ਜੀ ਐਮਰਜੈਂਸੀ ਲੱਗੀ 50 ਸਾਲ ਹੋ ਗਏ ਵੈਸੇ 50 ਸਾਲ ਹਜੇ ਹੋਏ ਨਹੀਂ ਸਨ 2025 ਚ ਹੋਣੇ ਆ ਸ਼ਾਇਦ ਉਹਨਾਂ ਦੀ ਇੱਥੇ ਵੀ ਕੈਲਕੂਲੇਸ਼ਨ ਗਲਤ ਹੋ ਗਈ ਕਿਉਂਕਿ 1975 ਦੇ ਵਿੱਚ ਇਹ ਐਮਰਜੈਂਸੀ ਲੱਗੀ ਸੀ ਹੁਣ ਕਾਂਗਰਸ ਨੂੰ ਤਾਂ ਯਾਦ ਕਰਵਾ ਰਹੇ ਆ ਕਾਂਗਰਸ ਨੂੰ ਇੱਕ ਤਰ੍ਹਾਂ ਪਿੱਛੇ ਜਾਂ ਬੈਕਫੁੱਟ ਤੇ ਲਿਆਉਣਾ ਚਾਹੁੰਦੇ ਆ ਪਰ ਨਾਲ ਦੇ ਨਾਲ ਇਹ ਨਹੀਂ ਦੇਖ ਰਹੇ ਜਿਹੜੀਆਂ ਗੱਲਾਂ ਇਹ ਕਰਦੇ ਆ ਉਸ ਤੇ ਆਪ ਵੀ ਨਹੀਂ ਖੜਦੇ ਲੋਕਤੰਤਰਤਾ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਭਾਰਤੀ ਜਨਤਾ ਪਾਰਟੀ ਜੋ ਮੌਜੂਦਾ ਹਾਲਤ ਦੇ ਵਿੱਚ ਇਹਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਨਹੀਂ ਹੈ ਤੇ ਐਕਸਪੈਕਟ ਕਰਦਾ ਕਿ ਸਾਰੇ ਦਾ ਸਾਰਾ ਲੋਕਤੰਤਰ ਵਿਰੋਧੀ ਪਾਰਟੀਆਂ ਕੋਲੇ ਹੋਵੇ ਸਾਨੂੰ ਨਾ ਸਾਨੂੰ ਨਾ ਕੋਈ ਪੁੱਛੇ ਸਾਡੇ ਵੱਲੋਂ ਕੋਈ ਲੋਕਤੰਤਰ ਜਾਂ ਡੈਮੋਕ੍ਰੇਸੀ ਦੀ ਸਾਡੇ ਨਾਲ ਨਾ ਕੋਈ ਗੱਲ ਕਰੇ ਇਸ ਤਰ੍ਹਾਂ ਦਾ ਇੱਕ ਅਹਿਸਾਸ ਹੁੰਦਾ ਦੇਖਦੇ ਆ ਕੱਲ ਕੌਣ ਸਪੀਕਰ ਚੁਣਿਆ ਜਾਂਦਾ ਤੇ ਉਸ ਤੋਂ ਬਾਅਦ ਕੀ ਫਿਰ ਸੈਸ਼ਨ 3 ਜੁਲਾਈ ਤੱਕ ਜੋ ਚੱਲਣਾ ਕੀ ਇਹ ਆਰਾਮ ਦੇ ਨਾਲ ਚੱਲੂਗਾ ਤੇ ਜਾਂ ਫਿਰ ਪਿਛਲੀਆਂ ਦੋ ਟਰਮਸ ਦੇ ਵਾਂਗੂ ਹੀ ਇਸੇ ਤਰ੍ਹਾਂ ਸੈਸ਼ਨ ਚੱਲੂਗਾ ਜਿਹਦੇ ਵਿੱਚ ਵਿਰੋਧੀ ਧਿਰ ਬਾਹਰ ਬੈਠੇ ਹੋਣਗੇ ਤੇ ਅੰਦਰ ਟਰਈਰੀ ਬੈਂਚਸ ਜਾਂ ਸੱਤਾਧਾਰੀ ਪਾਰਟੀ ਬਿੱਲ ਤੇ ਬਿੱਲ ਪਾਸ ਕਰੀ ਜਾਊਗੀ ਨਵੇਂ ਕਾਨੂੰਨ ਬਣਾਈ ਜਾਊਗੀ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਨਸ਼ਿਆਂ ਦੇ ਓਵਰਡੋਸ ਕਾਰਨ ਵੱਧ ਨਸ਼ਾ ਕਰਨ ਦੇ ਨਾਲ ਮੌਤਾਂ ਦੀ ਜਿਹੜੀ ਗਿਣਤੀ ਆ ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਰੌਲਾ ਬਹੁਤ ਪਿਆ ਸੀ ਵਿਰੋਧੀ ਪਾਰਟੀਆਂ ਨੇ ਮੁੱਦਾ ਚੁੱਕਿਆ ਸੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਕਿਤੇ ਨਾ ਕਿਤੇ ਬੈਕਫੁੱਟ ਤੇ ਸੀ ਇਹ ਵੀ ਗੱਲ ਆਪਾਂ ਨੂੰ ਪਤਾ ਸੀ ਜਦੋਂ 2 ਹਫ਼ਤਿਆਂ ਦੇ ਦੌਰਾਨ ਹੀ ਲਗਭਗ 15 ਮੌਤਾਂ ਹੋ ਗਈਆਂ ਸੀ ਹੁਣ 3 ਮੌਤਾਂ ਹੋਰ ਹੋ ਗਈਆਂ ਆਏ ਦਿਨ ਕਿਸੇ ਨਾ ਕਿਸੇ ਮੌਤ ਦੀ ਸਾਨੂੰ ਖ਼ਬਰ ਮਿਲਦੀ ਆ ਕੁਝ ਦਿਨ ਪਹਿਲਾਂ 2 ਹਫ਼ਤੇ 'ਚ ਨਸ਼ੇ ਦੀ ਓਵਰਡੋਜ਼ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਛੱਡਿਆ ਕਿ 14 ਮੌਤਾਂ ਹੋਈਆਂ ਤੇ ਹੁਣ 3 ਹੋਰ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਪੱਟੀ ਹਲਕੇ 'ਚ ਆਉਂਦੇ ਪਿੰਡ ਸਬਰਾਟ ਇੱਕ ਮਨਪ੍ਰੀਤ ਸਿੰਘ 26 ਸਾਲਾਂ ਦਾ 26 ਕਿ ਸਾਲਾਂ ਦੇ ਇਸ ਨੌਜਵਾਨ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ ਅਹਮਦਗੜ ਦੇ ਦਸ਼ਮੇਸ਼ ਨਗਰ ਦੇ ਨੌਜਵਾਨ ਜਗਜੀਤ ਸਿੰਘ ਦੀ 35 ਸਾਲਾਂ ਦੀ ਉਮਰ ਸੀ ਇਹਦੀ ਵੀ ਮੌਤ ਹੋ ਜਾਂਦੀ ਹੈ ਤੇ ਰਾਜਪੂਰਾ ਦੇ ਲੱਕੀ ਸਿੰਘ ਦੀ ਵੀ ਮੌਤ ਨਸ਼ੇ ਦੇ ਓਵਰਡੋਜ਼ ਕਾਰਨ ਹੋ ਗਈ ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਇਸ ਉੱਤੇ ਗੱਲਾਂ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਬੜੇ ਦਾਅਵੇ ਕੀਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਅਸੀਂ ਤਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੀਆਂ ਬਦਲੀਆਂ ਕਰਤੀਆਂ ਪੁਲਿਸ ਦੇ ਵਿੱਚ ਜੇ ਕੋਈ ਨਸ਼ਾ ਕਰੂਗਾ ਤੇ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਉਹਨਾਂ ਦੀਆਂ ਅਸੀਂ ਪ੍ਰਾਪਰਟੀਆਂ ਜ਼ਬਤ ਕਰ ਲਾਂਗੇ ਬੜਾ ਕੁਝ ਕਿਹਾ ਗਿਆ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਜਾਂ ਇੱਥੋਂ ਦੀ ਸਰਕਾਰ ਆ ਇਹਦੇ ਕੋਲੇ ਨਸ਼ੇ ਨੂੰ ਰੋਕਣ ਵਾਸਤੇ ਜਾਂ ਨਸ਼ੇ ਦੀ ਠੱਲ ਲਈ ਹਜੇ ਤੱਕ ਕੋਈ ਠੋਸ ਰਣਨੀਤੀ ਸਾਨੂੰ ਨਹੀਂ ਲੱਗ ਰਹੀ ਪੰਜਾਬ ਵਿੱਚ ਉਹੀ ਪੁਰਾਣੀਆਂ ਘਸੀਆਂ ਪੀਟੀਆਂ ਰਣਨੀਤੀਆਂ ਇਹ ਜਿਸ ਤਰ੍ਹਾਂ ਦੀਆਂ ਪਹਿਲਾਂ ਇਹ ਕੋਈ ਇਵੈਂਟਸ ਕਰਾਉਂਦੇ ਹੁੰਦੇ ਸੀ ਉਹੀ ਸਾਰਾ ਕੁਝ ਚੱਲ ਰਿਹਾ ਆ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਬਠਿੰਡਾ ਪੁਲਿਸ ਨੇ ਨਸ਼ੇ ਦੇ ਖਿਲਾਫ ਇੱਕ ਕ੍ਰਿਕਟ ਟੂਰਨਾਮੈਂਟ ਕਰਾਤਾ ਇਸੇ ਤਰ੍ਹਾਂ ਇੱਕ ਟੂਰਨਾਮੈਂਟ ਪਿਛਲੇ ਸਾਲ ਅੰਮ੍ਰਿਤਸਰ ਵਿੱਚ ਵੀ ਕਰਵਾਇਆ ਗਿਆ ਸੀ ਜਿਸ ਦਾ ਆਰੰਭ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਕੀਤਾ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ 13 ਦੇ ਵਿੱਚੋਂ ਦਾ ਸਿੱਤਾ ਹਾਰ ਗਿਆ ਤੇ ਇਸ ਕਰਕੇ ਇਹਨੂੰ ਲੱਗਦਾ ਸੀ ਕਿ ਜੇ ਨਸ਼ਾ ਦੀ ਗੱਲ ਅਸੀਂ ਇੱਥੇ ਛੱਡਤੀ ਜਾਂ ਸਾਡੇ ਤੋਂ ਪੂਰੀ ਨਹੀਂ ਹੋਈ ਜਾਂ ਨਸ਼ੇ ਅਸੀਂ ਖਤਮ ਨਾ ਕਰ ਸਕੇ ਤੇ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਰਾਜਨੀਤੀ ਤੇ ਸਾਡੀ ਸਿਆਸਤ ਤੇ ਤੇ ਸਾਡੇ ਅਕਸ ਤੇ ਪ੍ਰਭਾਵ ਬਹੁਤ ਮਾੜਾ ਪੈਣਾ ਨਸ਼ੇ ਨੂੰ ਖਤਮ ਨਾ ਕਰ ਪਾਉਣ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਬਿਲਕੁਲ ਪਤਾ ਕਿ ਇਹ ਇਹਨਾਂ ਦੀ ਹਾਰ ਦਾ ਇੱਕ ਬੜਾ ਵੱਡਾ ਕਾਰਨ ਸੀ ਬਾਕੀ ਹੋਰ ਵੀ ਬਹੁਤ ਸਾਰੇ ਕਾਰਨ ਰਹੇ ਆ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਭਗਵੰਤ ਮਾਨ ਉਸ ਗੱਲ ਤੇ ਤਾਂ ਖੈਰ ਆਪਾਂ ਬਾਅਦ ਚ ਆਉਨੇ ਆ ਪਰ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਕਿਸ ਤਰ੍ਹਾਂ ਪਿਛਲੇ ਸਾਲ ਅੰਮ੍ਰਿਤਸਰ ਦੇ ਵਿੱਚ ਈਵੈਂਟ ਕਰਵਾਇਆ ਗਿਆ ਸੀ ਜਦੋਂ ਸਕੂਲੀ ਬੱਚੇ ਲਿਆ ਕੇ ਉਹਨਾਂ ਤੋਂ ਸੌ ਚਕਾਈਆਂ ਗਈਆਂ ਸੀ ਦਰਅਸਲ ਮੈਨੂੰ ਲੱਗਦਾ ਇਹ ਕੋਈ ਪੁਖਤਾ ਮਜ਼ਬੂਤ ਜਾਂ ਕਾਰਗਰ ਸਟੈਪਸ ਨਹੀਂ ਆ ਇਹਨਾਂ ਦੇ ਨਾਲ ਮੈਂ ਬਹੁਤ ਘੱਟ ਦੇਖਿਆ ਕਿ ਵਾਕਿਆ ਲੋਕਾਂ ਦੇ ਵਿੱਚ ਇਹ ਸੁਨੇਹਾ ਜਾਂਦਾ ਹੋਵੇ ਕਿ ਵਾਕਿਆ ਤੁਸੀਂ ਨਸ਼ੇ ਛੱਡਣੇ ਆ ਜਾਂ ਤੁਸੀਂ ਠੀਕ ਰਾਹ ਤੇ ਪੈਣਾ ਬੇਰੋਜ਼ਗਾਰੀ ਵੀ ਇੱਕ ਬਹੁਤ ਵੱਡਾ ਕਾਰਨ ਹੈ ਤੇ ਨਸ਼ਿਆਂ ਦੀ ਅਵੇਲੇਬਿਲਿਟੀ ਸੌਖੀ ਤਰ੍ਹਾਂ ਨਸ਼ੇ ਮਿਲ ਜਾਣੇ ਔਰ ਉਹਦੇ ਲਈ ਹੁਣ ਪੁਲਿਸ ਤੇ ਆਉਣੇ ਆਪਾਂ ਉਹਦੇ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਔਰ ਤੁਸੀਂ ਦੇਖੋ ਕਿ ਇਸ ਵਕਤ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਇਸ ਸਰਕਾਰ ਦਾ ਸਹਿਯੋਗ ਕਰਦੀਆਂ ਹੋਈਆਂ ਦਿਖਾਈ ਨਹੀਂ ਦਿੰਦੀਆਂ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਤਾਂ ਕਾਂਗਰਸ ਦੇ ਪ੍ਰਧਾਨ ਇਹ ਪਿਛਲੇ ਦਿਨਾਂ ਦੇ ਵਿੱਚ ਇਸੇ ਗੱਲ ਉੱਤੇ ਅਸਤੀਫਾ ਮੰਗਣ ਲੱਗੇ ਕਿ ਪੁਲਿਸ ਵਾਲਿਆਂ ਦੀਆਂ ਬਦਲੀਆਂ ਕਿਉਂ ਕਰ ਦਿੱਤੀਆਂ ਗਈਆਂ ਇਹਨਾਂ ਨੂੰ ਕਹਿੰਦੇ ਰੋਲ ਬੈਕ ਕਰੋ ਵਾਪਸ ਲੈ ਕੇ ਆਓ ਦਰਅਸਲ ਮਾਰਕੀਟ ਦੇ ਵਿੱਚ ਨਸ਼ਿਆਂ ਦਾ इजीली ਸੌਖੀ ਤਰ੍ਹਾਂ ਉਪਲਬਧ ਹੋਣਾ ਉਹਨਾਂ ਤੇ ਕੋਈ ਰੋਕ ਟੋਕ ਨਾ ਹੋਣਾ ਜਾਂ ਲੋਕਾਂ ਦੀ ਪਹੁੰਚ ਉਹਨਾਂ ਪ੍ਰਤੀ ਸੌਖੀ ਹੋਣੀ ਇਸ ਗੱਲ ਨੇ ਵੀ ਨਸ਼ਿਆਂ ਨੂੰ ਪੰਜਾਬ ਦੇ ਵਿੱਚ ਵੱਧ ਫੈਲਾਇਆ ਔਰ ਇਸ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ 100% ਰਿਸਪਾਂਸਿਬਲ ਆ ਔਰ ਜ਼ਿੰਮੇਵਾਰ ਆ ਐਸੇ ਕਰਕੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਘਟੋ ਘਟ 10000 ਤੋਂ ਵੀ ਵੱਧ ਪੁਲਿਸ ਕਰਮੀਆਂ ਦੀਆਂ ਬਦਲੀਆਂ ਕੀਤੀਆਂ ਕਰਮਚਾਰੀ ਦੀਆਂ ਇਹ ਗੱਲ ਉਹਨਾਂ ਨੇ ਕਹੀ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਇਹਨਾਂ ਚੋਂ ਬਹੁਤ ਸਾਰੇ ਸੀ ਜਿਹੜੇ ਸਾਨੂੰ ਲੱਗਦਾ ਸੀ ਕਿ ਇੱਕ ਥਾਂ ਤੇ ਰਹਿ ਕੇ ਇਹ ਬੜੇ ਆਪਣੇ ਕੰਫਰਟ ਜ਼ੋਨ ਚ ਚਲੇ ਗਏ ਸੀ ਔਰ ਐਸ ਕਰਕੇ ਇਹਨਾਂ ਦੇ ਹੋ ਸਕਦਾ ਕਿ ਇਹਨਾਂ ਦੇ ਨਸ਼ਾ ਤਸਕਰਾਂ ਦੇ ਨਾਲ ਸਮੱਗਲਰਸ ਦੇ ਨਾਲ ਪੈਟ੍ਰੋਲਸ ਦੇ ਨਾਲ ਇਹਨਾਂ ਦੇ ਸੰਬੰਧ ਬਣ ਗਏ ਹੋਣ ਨਹੀਂ ਤਾਂ ਕੋਈ ਕਰਨੀ ਜੇ ਪੁਲਿਸ ਪ੍ਰਸ਼ਾਸਨ ਦਰਸਤ ਦਰਸਤ ਹੋਵੇ ਜੇ ਪੂਰੀ ਤਰ੍ਹਾਂ ਵਿਜੀਲੈਂਟ ਹੋਵੇ ਜੇ ਪੂਰੀ ਤਰ੍ਹਾਂ ਦੇਖਰੇਖ ਕਰੇ ਤਾਂ ਇਹ ਜ਼ਰੂਰੀ ਨਹੀਂ ਕਿ ਨਸ਼ੇ ਇੱਥੇ ਵਿਕਣ ਹਾਲਾਂਕਿ ਮੈਂ ਗੌਰਵ ਯਾਦਵ ਨਾਲ ਜਾਂ ਪੰਜਾਬ ਦੇ ਅਫੀਸ਼ੀਅਲਿੰਗ ਡੀਜੀਪੀ ਗੌਰਵ ਯਾਦਵ ਨਾਲ ਇਸ ਗੱਲ ਤੇ ਸਹਿਮਤ ਨਹੀਂ ਆ ਕਿਉਂਕਿ ਇਹਨਾਂ ਨੇ ਜੋ ਸਟੇਟਮੈਂਟ ਦਿੱਤੀ ਜਾਂ ਉਸ ਤੋਂ ਬਾਅਦ ਇਹਨਾਂ ਨੇ ਇੰਟਰਵਿਊ ਦੇ ਵਿੱਚ ਆਪਣੀ ਗੱਲ ਕਹੀ ਉਹ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਤੋਂ ਉਲਟਾ ਦਰਸਲ ਇਹਨਾਂ ਨੇ ਕੋਸ਼ਿਸ਼ ਤਾਂ ਇਹ ਕੀਤੀ ਗੌਰਵ ਯਾਦੂ ਨੇ ਕਿ ਮੈਂ ਕਿਸੇ ਤਰ੍ਹਾਂ ਪੁਲਿਸ ਦਾ ਬਚਾ ਕਰ ਲਾਂ ਕਿਉਂਕਿ ਹੋ ਸਕਦਾ ਉਸ ਕੈਡਰ ਦੇ ਜਿਨ੍ਹਾਂ ਦੀਆਂ ਬਦਲੀਆਂ ਹੋਈਆਂ ਹੁਣ ਉਹਨਾਂ ਦੇ ਵਿੱਚ ਇਹ ਗੁੱਸਾ ਹੋਵੇ ਪਰ ਕਾਲੀਆਂ ਭੇਡਾਂ ਤਾਂ ਸਾਰੇ ਕਿਤੇ ਹੁੰਦੀਆਂ ਤੇ ਇਹਨਾਂ ਦੇ ਵਿੱਚ ਵੀ ਭੇਡਾਂ ਇਹ ਤਾਂ ਹੈ ਨਹੀਂ ਕਿ ਪੁਲਿਸ ਪ੍ਰਸ਼ਾਸਨ ਬਹੁਤ ਸਾਫ਼ ਸੁਥਰਾ ਸਾਰਿਆਂ ਨੂੰ ਪਤਾ ਕਿ ਜੇ ਇਹਨਾਂ ਦੀ ਸ਼ਮੂਲੀਅਤ ਨਾ ਹੋਵੇ ਤੇ ਮੈਂ ਤੁਹਾਨੂੰ ਵੱਡੇ ਵੱਡੇ ਅਫਸਰਾਂ ਦੇ ਨਾਂ ਵੀ ਦੱਸੇ ਹੋਏ ਆ ਉਹਨਾਂ ਤੇ ਤਾਂ ਕੋਈ ਕਾਰਵਾਈ ਹੁੰਦੀ ਨਹੀਂ ਤੇ ਇਹ ਜਿਹੜੇ ਛੋਟੇ ਕਰਮਚਾਰੀ ਆ ਜਾਂ ਜਿਹੜੇ ਮੁਲਾਜ਼ਮ ਨੇ ਉਹ ਫਸ ਜਾਂਦੇ ਨੇ ਹੁਣ ਇਹੀ ਗੌਰਵ ਜਾਦਵ ਪਿਛਲੇ ਦਿਨਾਂ ਦੇ ਵਿੱਚ ਆਈਐਸਆਈ ਇੰਟਰ ਸਰਵਿਸਿਜ਼ ਇੰਟੈਲੀਜੈਂਸ ਏਜੰਸੀ ਕਿੱਥੋਂ ਦੀ ਆ ਪਾਕਿਸਤਾਨ ਦੀ ਆ ਇਹ ਬਲਕਿ ਸਾਰੇ ਦਾ ਸਾਰਾ ਬਲੇਮ ਉਸ ਤੇ ਲਾ ਰਹੇ ਸੀ ਪੁਲਿਸ ਠੀਕ ਆ ਕਹਿੰਦੇ ਗੌਰਵ ਜਾਦਵ ਦੀ ਗੱਲ ਦੇਖੋ ਕਹਿੰਦੇ ਪੁਲਿਸ ਠੀਕ ਆ ਨਹੀਂ ਨਹੀਂ ਉਹ ਨਸ਼ੇ ਦੇ ਵਿੱਚ ਜਾਂ ਉਹ ਜਿਹੜੇ ਮੁਲਾਜ਼ਮ ਆ ਉਹ ਸ਼ਾਮਿਲ ਨਹੀਂ ਆ ਉਹਨਾਂ ਦੀ ਕੋਈ ਸ਼ਮੂਲੀਅਤ ਨਹੀਂ ਆ ਪਰ ਆਈਐਸਆਈ ਜ਼ਿੰਮੇਵਾਰਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਜੇ ਆਈਐਸਆਈ ਜ਼ਿੰਮੇਵਾਰਾ ਤੇ ਕੀ ਤੁਸੀਂ ਕੇਂਦਰ ਨੂੰ ਆਪਣੇ ਭਰੋਸੇ ਦੇ ਵਿੱਚ ਲਿੱਤਾ ਤੇ ਜੇ ਲਿਆ ਹਜੇ ਤੱਕ ਕੀ ਕਾਰਵਾਈ ਕੀਤੀ ਤੁਸੀਂ ਕੇਵਲ ਤੇ ਕੇਵਲ ਦੂਸਰਿਆਂ ਨੂੰ ਬਦਨਾਮ ਕਰਕੇ ਮੈਨੂੰ ਅੱਜ ਵੀ ਯਾਦ ਆ ਕਈ ਇਸ ਤਰ੍ਹਾਂ ਦੇ ਸੀਨੀਅਰ ਇੰਟੈਲੀਜੈਂਟ ਆਈਬੀ ਦੇ ਜਾਂ ਇੰਟੈਲੀਜੈਂਸ ਬਿਊਰੋ ਦੇ ਅਫਸਰ ਸੀ ਜਿਹੜੇ ਇਹ ਕਹਿੰਦੇ ਹੁੰਦੇ ਸੀ ਕਿ ਬੇਅਦਬੀ ਦੇ ਕੇਸ ਆਈਐਸਆਈ ਨੇ ਕਰਵਾਤੇ ਯਾਨੀ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਤੇ ਇਸੇ ਜ਼ਿੰਮੇਵਾਰੀ ਤੋਂ ਲੱਗਦਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਭੱਜ ਰਿਹਾ ਇੱਕ ਪਾਸੇ ਤਾਂ ਤੁਸੀਂ ਬਿਲਕੁਲ ਵੱਖਰੀ ਸਟੇਟਮੈਂਟ ਦੇ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਆਪਣੀ ਫੋਰਸ ਦਾ ਬਚਾਅ ਕਰ ਰਹੇ ਹੋ ਉਸ ਫੋਰਸ ਦਾ ਬਚਾਅ ਕਰ ਰਹੇ ਹੋ ਕਿ ਜਿਹੜੇ ਨਸ਼ਿਆਂ ਤੇ ਕਾਬੂ ਪਾਉਣ ਦੇ ਵਿੱਚ ਬਿਲਕੁਲ ਅਸਫਲ ਆ ਤੇ ਬਿਲਕੁਲ ناکਾਮਯਾਬਾ ਉਹਨਾਂ ਦੀ ਇਨਕੰਪੀਟੈਂਸ ਨੂੰ ਲੈ ਕੇ ਜਿਸ ਤਰ੍ਹਾਂ ਦੇ ਉਹ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਉਹਨਾਂ ਨੂੰ ਕੰਮ ਕਰਨ ਦੀ ਤਾਂ ਆਦਤ ਰਹਿ ਨਹੀਂ ਗਈ ਤੇ ਜਿਹੜੇ ਦੋ ਚਾਰ ਕੰਮ ਕਰਨਾ ਵੀ ਚਾਹੁੰਦੇ ਆ ਇਹ ਜਿੰਨਾ ਕਾਟਲ ਤੁਹਾਡਾ ਬਣ ਗਿਆ ਜਿੰਨਾ ਸਾਰਾ ਲੌਬੀ ਬਣ ਗਈ ਆ ਉਹ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਦਿੰਦੇ ਇਸੇ ਕਰਕੇ ਇਹ ਸਾਰੇ ਨਸ਼ੇ ਫੈਲ ਰਹੇ ਨੇ ਖੈਰ ਵਿਰੋਧੀ ਧਿਰ ਦੀ ਜਿਹੜੀ ਇਸ ਟਾਈਮ ਭੂਮਿਕਾ ਸੀ ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਆਈਆਂ ਉਸ ਤੋਂ ਕਾਫੀ ਹੈਰਾਨੀ ਵੀ ਹੋਈ ਆ ਪਰ ਕੀ ਇਸ ਤਰ੍ਹਾਂ ਦੇ ਜਿਹੜੇ ਸਟੈਪਸ ਲਏ ਜਾ ਰਹੇ ਨੇ ਕਦਮ ਲਏ ਜਾ ਰਹੇ ਨੇ ਜਿਸ ਤਰ੍ਹਾਂ ਦੀਆਂ ਇਵੈਂਟਸ ਕਰਵਾਈਆਂ ਜਾ ਰਹੀਆਂ ਨੇ ਇਹ ਨਸ਼ੇ ਖਤਮ ਕਰ ਦੇਣਗੇ ਲੱਗਦਾ ਨਹੀਂ ਆ ਤੁਸੀਂ ਯਾਦ ਕਰੋ ਕਈ ਵਾਰੀ ਕਮਿਊਨਿਟੀਆਂ ਨੂੰ ਵੀ ਵੱਖਰੇ ਵੱਖਰੇ ਭਾਈਚਾਰਿਆਂ ਨੂੰ ਵੀ ਆਪਣੇ ਭਰੋਸੇ ਦੇ ਵਿੱਚ ਲਿਆ ਗਿਆ ਸੀ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਇਹ ਤਾਂ ਉਹੀ ਆ ਉਹੀ ਸ਼ਰਾਬਾ ਨਵੀਂ ਬੋਤਲ ਚ ਪਾਤੀ 올ਡ ਵਾਈਨ ਇਨ ਅ ਨਿਊ ਬੋਟਲ ਦੈਟਸ ਇਟ ਹੋਰ ਕੁਝ ਨਹੀਂ ਕੀਤਾ ਗਿਆ ਜਦੋਂ ਵੱਖਰੇ ਵੱਖਰੇ ਭਾਈਚਾਰਿਆਂ ਨੂੰ ਲੈ ਕੇ ਗੁਰਦੁਆਰਿਆਂ ਤੋਂ ਕਦੇ ਮੰਦਰਾਂ ਤੋਂ ਕਦੇ ਮਸਜਿਦਾਂ ਤੋਂ ਇਸ ਤਰ੍ਹਾਂ ਦੀਆਂ ਅਨਾਊਂਸਮੈਂਟਸ ਕਰਵਾਈਆਂ ਗਈਆਂ ਸੀ ਕਿ ਨਸ਼ਾ ਤੋਂ ਦੂਰ ਹੋ ਕਦੇ ਕੋਈ ਦੂਰ ਹੋਇਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਕੀ ਇਸੇ ਤਰ੍ਹਾਂ ਲਗਾਤਾਰ ਮੌਤਾ ਹੋਈ ਜਾਣਗੀ ਤੇ ਅਸੀਂ ਇਸੇ ਤਰ੍ਹਾਂ ਉਹਨਾਂ ਦੀ ਗਿਣਤੀ ਕਰੀ ਜਾਵਾਂਗੇ ਜਾਂ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਵਾਕਿਆ ਕੁਝ ਕਰੂਗਾ ਕਿਉਂਕਿ ਜਿੰਨੀ ਦੇਰ ਤੱਕ ਇਹਨਾਂ ਤੇ ਕੋਈ ਸਖਤ ਕਾਰਵਾਈ ਨਹੀਂ ਹੁੰਦੀ ਇਹਨਾਂ ਦੇ ਮੁਲਾਜ਼ਮਾਂ ਤੇ ਵੀ ਇਹਨਾਂ ਦੇ ਅਫਸਰਾਂ ਤੇ ਇਹਨਾਂ ਨੇ ਬੰਦੇ ਨਹੀਂ ਬੰਨਣਾ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ ਬਦਲੀਆਂ ਬਦਲੀਆਂ ਇਹਨਾਂ ਲਈ ਕੋਈ ਮਾਨ ਨਹੀਂ ਰੱਖਦੀ ਪੰਜਾਬ ਕਿੱਡੀ ਵੱਡੀ ਸਟੇਟ ਆ ਜੇ ਇਹਨਾਂ ਦਾ ਨੈਕਸਸ ਇੱਕ ਜ਼ਿਲ੍ਹੇ ਦੇ ਵਿੱਚ ਤੇ ਦੂਸਰੇ ਜ਼ਿਲ੍ਹੇ ਦੇ ਵਿੱਚ ਇਹ ਸਥਾਪਿਤ ਕਰ ਲੈਣਗੇ ਇੰਨੇ ਕਾਬਿਲ ਹੋ ਚੁੱਕੇ ਆ ਇਹ ਸੋ ਜਿੰਨੀ ਦੇਰ ਤੱਕ ਕਾਰਵਾਈ ਨਹੀਂ ਹੁੰਦੀ ਓਨੀ ਦੇਰ ਤੱਕ ਇਹਨਾਂ ਨੇ ਸੁਧਰਨਾ ਨਹੀਂ ਆ ਪਰ ਦੇਖਦੇ ਆ ਇਹਨਾਂ ਨੂੰ ਫੇਰ ਇੱਕ ਮੌਕਾ ਦੋ ਔਰ ਪੰਜਾਬ ਨੂੰ ਤਾਂ ਹੀ ਮੌਕਾ ਮਿਲੂਗਾ ਜੇ ਇਹਨਾਂ ਨੂੰ ਮੌਕਾ ਮਿਲੂਗਾ ਤੇ ਇਹ ਕੁਝ ਕਰਨਗੇ ਸਮਾਂ ਹੋ ਗਿਆ ਹੁਣ ਅੱਜ ਦੇ ਕੁਝ ਉਹਨਾਂ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਡੇ ਬੀਤੇ ਕੱਲ ਦੇ ਪ੍ਰੋਗਰਾਮ ਲਈ ਸਾਨੂੰ ਭੇਜੇ ਸੀ ਖਟਰਾ ਇਨਾਂ ਦਾ ਅਕਾਊਂਟ ਐਟ ਖਟੜਾ ਇਹ ਲਿਖਦੇ ਨੇ ਕਿ ਜੋ ਕਾਲੇ ਕਾਨੂੰਨ ਹੁਣ ਲਾਗੂ ਹੋ ਰਹੇ ਨੇ ਇਹ ਤਾਂ ਬਹੁਤ ਘਟਿਆ ਨੇ ਬ੍ਰਿਟੇਨ ਦੇ ਕਾਨੂੰਨ ਤਾਂ ਵਧੀਆ ਸਨ ਦੇਖੋ ਬ੍ਰਿਟੇਨ ਨੇ ਜਾਂ ਬ੍ਰਿਟਿਸ਼ ਟਾਈਮਸ ਦੇ ਜਿੰਨੀ ਦੇਰ ਤੱਕ ਉਹ ਰਹੇ ਆ ਉਹ ਕਾਨੂੰਨ ਘਟਿਆ ਸੀ ਵਧੀਆ ਸੀ ਜਾਂ ਸਾਨੂੰ ਅਕਸਰ ਇਹ ਲੱਗਦਾ ਸੀ ਕਿ ਉਹ ਸਾਡੇ ਲਈ ਠੀਕ ਨਹੀਂ ਆ ਉਹ ਤਾਂ ਉਸ ਵਕਤ ਦੇ ਜਿਹੜੇ ਬ੍ਰਿਟਿਸ਼ਰ ਸੀ ਜਾਂ ਜਿਹੜੇ ਗੋਰੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਨੇ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਆਪਣੀ ਸਹੂਲਿਅਤ ਦੇ ਨਾਲ ਬਣਾਏ ਸੀ ਨਾ ਕਿ ਸਾਡੇ ਲਈ ਬਣਾਏ ਸੀ ਹੁਣ ਦੇ ਕਾਨੂੰਨ ਹੁਣ ਦੇ ਭਾਰਤੀ ਨਾਗਰਿਕਾਂ ਲਈ ਬਣਨੇ ਚਾਹੀਦੇ ਆ ਉਹਨਾਂ ਦੀ ਸਹੂਲਿਅਤ ਲਈ ਬਣਨੇ ਚਾਹੀਦੇ ਆ ਨਾ ਕਿ ਕੋਈ ਸਰਕਾਰ ਇਸ ਲਈ ਕੋਈ ਕਾਨੂੰਨ ਬਣਾਵੇ ਕਿਉਂਕਿ ਇਹ ਉਹਨਾਂ ਦੀ ਈਗੋ ਆ ਜਾਂ ਉਹਨਾਂ ਦਾ ਕਮਾਂਡ ਆ ਇਸ ਤੋਂ ਅਗਲਾ ਕਮੈਂਟ ਆ ਬਲਜੀਤ ਸਿੰਘ ਦਾ ਇਹਨਾਂ ਨੇ ਲਿਖਿਆ ਈਵੀਐਮ ਸਰਕਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨਾਲ ਬਣੀ ਸਰਕਾਰ ਹਾਲਾਂਕਿ ਇਹਦਾ ਕੋਈ ਸਬੂਤ ਨਹੀਂ ਆ ਪਿਛਲੇ ਦਿਨਾਂ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਉਦਾਹਰਨਾਂ ਆਈਆਂ ਉਹਨਾਂ ਉਦਾਹਰਨਾਂ ਦੇ ਵਿੱਚ ਇਹ ਗੱਲ ਵੀ ਕਹੀ ਗਈ ਕਿ ਸ਼ਾਇਦ ਇਹਨਾਂ ਮਸ਼ੀਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਛੇੜਛਾੜ ਹੋਈ ਆ ਪਰ ਪੁਖਤਾ ਤੌਰ ਤੇ ਹਜੇ ਤੱਕ ਉਹ ਸਬੂਤ ਮੰਨ ਲਏ ਗਏ ਹੁਣ ਕਿਸੇ ਨਾ ਕਿਸੇ ਏਜੰਸੀ ਵੱਲੋਂ ਜਾਂ ਘੱਟੋ ਘੱਟ ਕੋਰਟ ਵੱਲੋਂ ਇਹ ਚੀਜ਼ ਹਜੇ ਸਾਡੇ ਸਾਹਮਣੇ ਨਹੀਂ ਆ ਸਕੀ ਇਸੇ ਤਰ੍ਹਾਂ ਇੱਕ ਹੋਰ ਯੂਜ਼ਰ ਦਾ ਕਮੈਂਟ ਆ ਇਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਖਤਰਾ ਹੈ ਕਿ ਵਿਰੋਧੀ ਧਿਰ ਮੇਰੀ ਸਰਕਾਰਾਂ ਨੂੰ ਕਿਤੇ ਤੋੜ ਨਾ ਦੇਵੇ ਗੱਲ ਤਾਂ ਠੀਕ ਆ ਮੈਂ ਜਦੋਂ ਇਹ ਗੱਲ ਕਹਿ ਰਿਹਾ ਕਿ ਇਹਨਾਂ ਨੂੰ ਖਤਰਾ ਇਹ ਨਰਿੰਦਰ ਮੋਦੀ ਦੀ ਗੱਲ ਕਰ ਰਿਹਾ ਕਿ ਇਹਨਾਂ ਨੂੰ ਖਤਰਾ ਕਿਤੇ ਵਿਰੋਧੀ ਧਿਰ ਇਹਨਾਂ ਦੀ ਸਰਕਾਰ ਤੋੜ ਨਾ ਦੇਣ ਖੈਰ ਸਰਕਾਰਾਂ ਤੋੜਨ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਬੜੀ ਮਾਹਰ ਰਹੀ ਆ ਆਪਣੀਆਂ ਏਜੰਸੀਆਂ ਦਾ ਇਸਤੇਮਾਲ ਵਿਰੋਧੀ ਧਿਰਾਂ ਦੇ ਖਿਲਾਫ ਕਿਸ ਤਰ੍ਹਾਂ ਕਰਨਾ ਕੋਈ ਇਹਨਾਂ ਤੋਂ ਸਿੱਖੇ ਪਰ ਹੁਣ ਵੀ ਜੇ ਤੁਸੀਂ ਦੇਖੋ ਲਗਭਗ ਇਹਨਾਂ ਦਾ ਜਿਹੜਾ ਵਿਹਾਰ ਆ ਜਾਂ ਜਿਸ ਤਰ੍ਹਾਂ ਦਾ ਇਹ ਚੱਲ ਰਿਹਾ ਆ ਇਹ ਲੱਗਦਾ ਨਹੀਂ ਕਿ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਸ਼ਾਇਦ ਸਾਨੂੰ ਘੱਟ ਸੀਟਾਂ ਮਿਲੀਆਂ ਤੇ ਸਾਨੂੰ ਸੰਭਲ ਕੇ ਚੱਲਣਾ ਚਾਹੀਦਾ ਮੈਨੂੰ ਲੱਗਦਾ ਅੱਜ ਵੀ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਉਸੇ ਰੋਹ ਤੇ ਉਸੇ ਜਲੌਹ ਦੇ ਨਾਲ ਚੱਲ ਰਹੀ ਹੈ ਇਹ ਤਾਂ ਖੈਰ ਸਮਾਂ ਦੱਸੂਗਾ ਕਿ ਵਿਰੋਧੀ ਪਾਰਟੀਆਂ ਇਹਨਾਂ ਤੇ ਕਿੰਨੀ ਕੁ ਰੋਕ ਲੱਗ ਸਕਦੀਆਂ ਜਾਂ ਇਹਨਾਂ ਦੇ ਕੰਮ ਕਰਨ ਦੀ ਸ਼ੈਲੀ ਨੂੰ ਕਿੰਨਾ ਕੁ ਬਦਲ ਸਕਦੀਆਂ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ